ਜੋ ਚੁਣਿਆ ਲਾ ਸੰਗਰੂਰ ਦੇ ਪ੍ਰਧਾਨ ਡਾਕਟਰ ਨਰੇਸ਼ ਜਿੰਦਰ ਨਾਲ ਡਾਕਟਰ ਸਾਹਿਬ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਕਮਨਸਰ ਸਾਹਿਬ ਅ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਨਾ ਹੈਗਾ ਕਿ ਲੰਮੇ ਅਰਸੇ ਤੋਂ ਤੁਸੀਂ ਕੈਮਿਸਟ ਐਸੋਸੀਏਸ਼ਨ ਦੀ ਅਗਵਾਈ ਕਰਦੇ ਆ ਰਹੇ ਹੋ ਕਿਸ ਤਰ੍ਹਾਂ ਦੀ ਅਗਵਾਈ ਹੈ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਯਾਰ ਕੀ ਕੀ ਤੁਹਾਨੂੰ ਇਸ ਲਈ ਕਿਹੜੇ ਕਿਹੜੇ ਪੜਾਵਾਂ ਤੋਂ ਗੁਜ਼ਰਨਾ ਪਿਆ ਦੇਖੋ ਜੀ ਮੈਂ 25 ਸਾਲ ਦੀ ਉਮਰ ਦੇ ਵਿੱਚ ਹੀ ਕਮਿਸਟਰੀ ਐਸੋਸੀਏਸ਼ਨ ਦਾ ਪ੍ਰਧਾਨ ਬਣ ਗਿਆ ਸੀ ਸਨਮ ਦਾ ਉਸ ਤੋਂ ਬਾਅਦ ਮੈਂ ਜ਼ਿਲ੍ਹੇ ਦੇ ਵਿੱਚ ਐਜੇ ਜਨਰਲ ਸਕੱਤਰ ਜਦੋਂ ਕਿ ਮਲੇਰ ਕੋਟਲਾ ਔਰ ਬਰਨਾਲਾ ਜ਼ਿਲ੍ਹਾ ਇਕੱਠੇ ਹੁੰਦੇ ਸੀ ਉਹਦੀ ਗਵਾਹੀ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਂ ਅੱਜ ਤੋਂ 20 ਸਾਲ ਪਹਿਲਾਂ ਦਾ ਡਿਸਟ੍ਰਿਕਟ ਕਮਿਸ਼ਨਟੇਸ਼ਨ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਚੱਲਿਆ ਆ ਰਿਹਾ ਔਰ ਜੇਕਰ ਗੱਲ ਕੀਤੀ ਜਾਵੇ ਚੁਣੌਤੀਆਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਤੁਹਾਨੂੰ ਬੀਇੰਗ ਅ ਪ੍ਰੈਜ਼ੀਡੈਂਟ ਜਾਂ ਇਸ ਦਾ ਕਰਤਾ ਕਰਤਾ ਹੋਣ ਦੇ ਨਾਤੇ ਸਾਹਮਣੇ ਆਉਂਦੀਆਂ ਦੇਖੋ ਜੀ ਮੇਰੇ ਪ੍ਰੈਜ਼ੀਡੈਂਟ ਬਣ ਦਾ ਜਾਂ ਅਗਵਾਈ ਕਰਨ ਦਾ ਮਕਸਦ ਹੀ ਇੱਕੋ ਸੀ ਜਦੋਂ ਮੈਂ ਦੇਖ ਰਿਹਾ ਸੀਗਾ ਕਿ ਕਿਸ ਤਰ੍ਹਾਂ ਕਵਿਸਟਨ ਨਾਲ ਨਿਆਏ ਹੋ ਰਿਹਾ ਹੈ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਉਦੋਂ ਪੁਲਿਸ ਦੀ ਇੱਕ ਬਹੁਤ ਵੱਡੀ ਚੁਣੌਤੀ ਸੀ ਪੁਲਿਸ ਸਾਡੇ ਕਮਿਸਟਰਾਂ ਨੂੰ ਇਸ ਤਰ੍ਹਾਂ ਮਤਲਕ ਕਿ ਢਾਲ ਬਣਾ ਕੇ ਵਰਤਦੀ ਸੀ ਕੋਈ ਵੀ ਥਾਣੇਦਾਰ ਥਾਣੇ ਵਿੱਚ ਨਵਾਂ ਆਉਂਦਾ ਉਹ ਜਿਸ ਤਰ੍ਹਾਂ ਸੈਸੀਆਂ ਕਦੀ ਲਿਆਂ ਨੂੰ ਬੁਲਾਉਂਦੇ ਸੀਗੇ ਉਸੇ ਤਰ੍ਹਾਂ ਕਮਿਸਟਰਾਂ ਨੂੰ ਬੁਲਾ ਕੇ ਵੀ ਤਾਲਿਆ ਜਾਂਦਾ ਸੀ ਵੀ ਤੁਸੀਂ ਆਓ ਬੰਦੇ ਬਣ ਜੋ ਇਸ ਤਰ੍ਹਾਂ ਕਰ ਜੋ ਜਦ ਕਿ ਸਾਡਾ ਇੱਕ ਵਾਈਟ ਕਲਰ ਜੋ ਸੀਗਾ ਉਸ ਚੀਜ਼ ਨੂੰ ਮੇਰੇ ਅੰਦਰ ਮਤਲਕ ਕੇ ਇਸ ਜੀ ਨੇ ਬੜੀ ਸੱਟ ਮਾਰੀ ਵੀ ਇਹ ਬਹੁਤ ੱਕਾ ਹੋ ਰਿਹਾ ਸਾਡੇ ਕਮਿਸਟਰ ਨਾਲ ਕਮਿਸਟਰ ਵਿਚਾਰੇ شریف ਹੁੰਦੇ ਨੇ ਇਸ ਤੋਂ ਬਾਅਦ ਅਸੀਂ ਨੇ ਕੀ ਕਰਿਆ ਇੱਕ ਮਤਾ ਪਾ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਵੇਅਰ ਕਰਿਆ ਵੀ ਕਿਸੇ ਵੀ ਥਾਣੇਦਾਰ ਜੇ ਕੋਈ ਬੁਲਾਉਂਦਾ ਹੈ ਤਾਂ ਤੁਸੀਂ ਥਾਣੇ ਵਿੱਚ ਨਹੀਂ ਜਾਣਾ ਉਹਨੂੰ ਆਪਣੀ ਪਰਮਿਟਸ ਤੇ ਬਲਾਓ ਉਹਨੂੰ ਪੁੱਛੋ ਵੀ ਦੱਸੋ ਕੀ ਗੱਲ ਜੀ ਸਾਡੇ ਦਰਸ਼ਕਾਂ ਦੀ ਗੱਲ ਕੀਤੀ ਜਾਵੇ ਅਸੀਂ ਇਹ ਗੱਲ ਸਮਝਣਾ ਚਾਹੁੰਦੇ ਹਾਂ ਤੁਸੀਂ ਵਾਈਟ ਕਲਰ ਜੌਬ ਦੀ ਕੀਤੀ ਗੱਲ ਔਰ ਪੁਲਿਸ ਦੀ ਗੱਲ ਕੀਤੀ ਕਿ ਇਹ ਗੱਲ ਤੁਸੀਂ ਨਸ਼ੇ ਦੀ ਕਰ ਰਹੇ ਹੋ ਜਿਸ ਨਾਲ ਨਸ਼ੇ ਕਰਕੇ ਜਿਹੜਾ ਹੈਗਾ ਕੈਮਿਸਟ ਪ੍ਰਾਪਰਤਾਜਿਤ ਹੋਇਆ ਦੇਖੋ ਜੀ ਜਿਹੜੀ ਵੀ ਦਵਾਈ ਹੈ ਉਹ ਕਿਸੇ ਮੈਡੀਸਨ ਨੇ ਕੋਈ ਵੀ ਹੈ ਉਹ ਕਿਸੇ ਰੋਗ ਵਾਸਤੇ ਬਣਦੀ ਹੈ ਇਹ ਠੀਕ ਹੈ ਵੀ ਕੁਝ ਦਵਾਈਆਂ ਦਾ ਮਸਜੂਦ ਸਾਡੇ ਕੈਮਿਸਟ ਭਰਾ ਕਰਦੇ ਰਹੇ ਜਾਂ ਲੋਕ ਕਰਦੇ ਰਹੇ ਜਿਸ ਤਰ੍ਹਾਂ ਸੈਕਟਰੀਕ ਦਵਾਈਆਂ ਨੇ ਡੱਗ ਫਾਰਮਿੰਗ ਦਵਾਈਆਂ ਹੋ ਗਈਆਂ ਕਬ ਸਿਰਫ ਹੋ ਗਏ ਪੇਨ ਕਿਲਰ ਹੋ ਗਏ ਉਸ ਚੀਜ਼ਾਂ ਨੂੰ ਲੈ ਕੇ ਜਿਸ ਤਰ੍ਹਾਂ ਆਪਣੇ ਹਸੀਮ ਭੂਕੀ ਹੈ ਜਦੋਂ ਇਹ ਚੀਜ਼ਾਂ ਦੀ ਤੋੜ ਹੋ ਜਾਂਦੀ ਤਾਂ ਇਹ ਡੈਰੀਵੇਟਿਵ ਤੌਰ ਤੇ ਕੋਈ ਜਿਹੜੀਆਂ ਮੈਡੀਸਨ ਨੇ ਹਾਲਾਂਕਿ ਸਰਕਾਰ ਨੇ ਪਾਬੰਦੀ ਲਾਤੀ ਤੇ ਉਹ ਵਰਤਨ ਲੱਗ ਜਾਂਦੇ ਸੀਗੇ ਉਹਦੇ ਦਰਾਂ ਨੀ ਮਤਲਬ ਕਿ ਸਾਡੇ ਕਮਿਸਟਰਾਂ ਨੂੰ ਮੋਰਾ ਬਣਾਉਂਦੀ ਸੀ ਪੁਲਿਸ ਕਿਸੇ ਤੋਂ ਇੱਕ ਵਾਰਚੀ ਤੇ ਪੱਤਾ ਤੋਂ ਪਤੇ ਮੰਗਾ ਕੇ ਉਹਨੂੰ ਵਾਰਚੀ ਤੇ ਵਾਰਚੀ ਕੇ ਜੇਲ੍ਹ पे ਜਿਆ ਜਾਂਦਾ ਸੀਗਾ ਪਰਚਾ ਕੱਟਿਆ ਜਾਂਦਾ ਸੀ ਜਾਂ ਉਹਦੇ ਨਾਲ ਐਡਜਸਟਮੈਂਟ ਹੁੰਦੀ ਸੀ ਕੋਈ ਲੈਣ ਦੇਣ ਕਰਦੇ ਸੀਗੇ ਇਸ ਤਰ੍ਹਾਂ ਕਰਕੇ ਕਾਫੀ ਪਰੇਸ਼ਾਨ ਸੀਗਾ ਜਦੋਂ ਕੋਈ ਕਮਿਸਟਰ ਕਿਸੇ ਵਰਤੀਤਾਰ ਪੁਲਿਸ ਵਾਲੇ ਨੂੰ ਦੇਖ ਦਿਨਦਾ ਸੀਗਾ ਤਾਂ ਉਹਨੂੰ ਘਬਰਾਹਟ ਪੈਦਾ ਹੋ ਜਾਂਦੀ ਸੀ ਤੇ ਹੁਣ ਵੀ ਸੁਣਿਆ ਹੈਗਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਪੁਲਿਸ ਨੇ ਇਸ ਤਰ੍ਹਾਂ ਦੇ ਫੇਕ ਜਾਂ ਮਤਲਬ ਕੇਸਾਂ ਦੇ ਵਿੱਚ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਕਿ ਉਹਨਾਂ ਦੀ ਰਿਹਾਈ ਵਾਸਤੇ ਵੀ ਤੁਸੀਂ ਕੁਝ ਕੰਮ ਕਰ ਰਹੇ ਹੋ ਦੇਖੋ ਜੀ ਜਿਹੜੇ ਕੈਮਿਸਟ ਜਿਹੜੇ ਕੋਈ ਟੈਕਨੀਕਲ ਕੋਈ ਪ੍ਰੋਬਲਮ ਆਈ ਹੈ ਕੋਈ ਆਪਣੇ ਲਿਖਤ ਪੜ੍ਹਦੀ ਪ੍ਰੋਬਲਮ ਆਈ ਹੈ ਉਹਨਾਂ ਕਰਕੇ ਜਾਂ ਕਿਸੇ ਤਰ੍ਹਾਂ ਦੀ ਬਿੱਲ ਨਹੀਂ ਕਟਿਆ ਉਹਨਾਂ ਕਰਕੇ ਕਿਸੇ ਤਰ੍ਹਾਂ ਦਾ ਵੀ ਸਾਡੇ ਅੱਜ ਵੀ 4500 ਤੋਂ ਲੈ ਕੇ 5000 ਕਿਸ਼ਟ ਜਿਹੜੇ ਹੈਗੇ ਹੈ ਜੇਲ੍ਹਾਂ ਦੇ ਵਿੱਚ ਬੰਦ ਹੈ ਬਾਕੀ ਅਸੀਂ ਜਿਹੜੇ ਬੰਦੇ ਸਾਡੇ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਨਹੀਂ ਕਿਉਂਕਿ ਪੰਜੇ ਉਂਗਲਾਂ ਕਿਸਾਰ ਨਹੀਂ ਹੁੰਦੀਆਂ ਕੋਸ਼ ਕਮਿਸਟ ਨਹੀਂ ਅਸੀਂ ਉਹਨਾਂ ਨੂੰ ਕਹਾਂਗੇ ਮਤਲਬ ਕਿ ਨਸ਼ਾ ਤਸਦਾਗਰ ਜਾਂ ਨਸ਼ੇ ਦੇ ਜੋ ਵੀ ਕਹਿ ਲੋ ਆਪਾਂ ਉਹ ਉਹਨਾਂ ਦੇ ਕਾਰਵਾਈ ਹੁੰਦੀ ਹੈ ਜਾਂ ਜੋ ਵੀ ਹੁੰਦਾ ਸਾਨੂੰ ਉਹਨਾਂ ਸੀ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਕਦੇ ਉਹਨਾਂ ਦੀ ਹਮਾਇਤ ਨਹੀਂ ਕਰੀ ਕਦੇ ਪੁਲਿਸ ਲਈ ਉਹਨਾਂ ਦੀ ਜਾ ਕੇ ਅਪਰੋਚ ਨਹੀਂ ਕਰੀ ਪਰੰਤੂ ਜਿਹੜੇ ਮਤਲਬ ਕਿ țeḍe-meḍe ਢੰਗ ਨਾਲ ਅੱਜ ਜੇਲ੍ਹਾਂ ਦੀ ਹਵਾ ਖਾ ਰਹੇ ਨੇ ਉਹਨਾਂ ਵਾਸਤੇ ਅਸੀਂ ਜ਼ਰੂਰ ਉਪਰਾਲਾ ਕਰਾਂਗੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਜੇਲ੍ਹ ਤੋਂ ਮੁਕਤ ਕਰਾਇਆ ਜਾਵੇ। ਬਿਲਕੁਲ ਕੈਮਿਸਟ ਸਟੇਚੂਏਸ਼ਨ ਬਲੋਂ ਤੁਸੀਂ ਡਰੱਗ ਅਥਾਰਟिटीज ਨਾਲ ਮਿਲ ਕੇ ਇੱਕ ਡਰਾਈਵ ਵੀ ਚਲਾਈ ਸੀ ਕਿ ਕੈਮਿਸਟ ਹੈ ਜਿਹੜਾ ਉਹ ਨਸ਼ੇ ਤੋਂ ਦੂਰ ਰਹੇ ਨਾ ਔਰ ਜਿਸ ਤਰ੍ਹਾਂ ਡਰੱਗ ਅਥਾਰਟिटीज ਕਹਿੰਦੀ ਨੇ ਉਸ ਦੇ ਹਿਸਾਬ ਨਾਲ ਰਿਕਾਰਡ ਰੱਖਿਆ ਜਾਵੇ। ਉਹ ਤੁਹਾਡੀ ਜਿਹੜੀ ਮੁਹਿੰਮ ਹੈ ਕਿੱਥੇ ਤੱਕ ਪਹੁੰਚੀ? ਦੇਖੋ ਜੀ ਇਹ ਕਾਫੀ ਪੁਰਾਣਾ ਮੁੱਦਾ ਹੈਗਾ। ਪਹਿਲਾਂ ਤਾਂ ਅਸੀਂ ਸੰਘਰਸ਼ ਕਰਕੇ ਹਰ ਛੋਟੇ ਕੰਮ ਵਾਸਤੇ ਚੰਡੀਗੜ੍ਹ ਜਾਣਾ ਪੈਂਦਾ ਸੀਗਾ। ਅਸੀਂ ਐਸੋਸੀਏਸ਼ਨ ਦੇ ਤੌਰ ਤੇ ਸਰਕਾਰ ਉੱਪ ਜੋਨ ਲੈਵਲ ਤਿੰਨ ਚਾਰ ਡਿਸਟ੍ਰਿਕਟਾਂ ਦਾ ਇੱਕ ਜ਼ੋਨ ਬਣਾਇਆ ਜਿੱਥੇ ਕੈਮਿਸਟਰੀ ਜਿਹੜੇ ਰਿਟੇਲਰ ਦਾ ਕੰਮ ਹੈ ਉਹ ਸਾਰਾ ਡਿਸਟ੍ਰਿਕਟ ਲੈਵਲ ਤੇ ਹੋਣ ਲੱਗ ਗਿਆ ਉਹਦੇ ਨਾਲ ਸਾਡੇ ਕੈਮਿਸਟਾਂ ਨੂੰ ਕਾफी ਰਾਤ ਮਿਲੀ ਜਿੱਥੋਂ ਤੱਕ ਡਰਗ ਅਵੇਅਰਨੈਸ ਦੀ ਗੱਲ ਹੈ ਅਸੀਂ ਆਏ ਸਾਲ ਸੈਮੀਨਾਰ ਕਰਦੇ ਹਾਂ ਉਸੇ ਕੈਮਿਸਟਾਂ ਨੂੰ ਜਾਗਰੂਤ ਕਰਿਆ ਜਾਂਦਾ ਜਿਹਦੇ ਵਿੱਚ ਸਾਡੇ ਅਫਸਰ ਡਰਗਸ ਇੰਸਪੈਕਟਰ ਰੀਜੋਨਲ ਸੈਂਸਿਟਿਵਿਟੀ ਅਥਾਰਟੀ ਜੱਦੇਲੀ ਤੇ ਹੋਰ ਸਟਾਫ ਵਗੈਰਾ ਸਾਡੇ ਕੈਮਿਸਟਾਂ ਨੂੰ ਜਾਗਰੂਤ ਕਰਦਾ ਔਰ ਉਹਨਾਂ ਨੇ ਬਕਾਇਦਾ ਐਨ ਆਰ ਐਕਸ ਜਿਹੜਾ ਆਪਣੇ ਉਸ ਦਾ ਉਦਨ ਅੰਦਰ ਰਜਿਸਟਰ ਲਗਾਇਆ ਸਕੂਲ ਸ਼ਡਿਊਲ ਐਚ ਐਚ 1 ਦਾ ਰਜਿਸਟਰ ਲਾਇਆ ਉਹਨਾਂ ਦਾ ਪ੍ਰੋਪਰ ਰਿਕਾਰਡ ਰੱਖਿਆ ਜਾਂਦਾ ਔਰ ਜਿੰਨੀਆਂ ਵੀ ਐਨ ਆਰ ਐਕਸ ਦਵਾਈਆਂ ਨੇ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਡਿਟੇਲ ਮੈਚ ਨੂੰ ਭੇਜੀ ਜਾਂਦੀ ਹੈ ਬਾਕੀ ਜਿਹੜੀਆਂ ਆਪਣੇ ਨਾਰਕੋਟਿਕ ਦਵਾਈਆਂ ਦਵਾਈਆਂ ਨੇ ਉਹਨਾਂ ਦੀ ਸਰਕਾਰ ਨੇ ਇੱਕ ਸਪੈਸ਼ਲ ਜਿਹੜਾ ਇਨਸਾਂਸ ਦੇਣਾ ਸ਼ੁਰੂ ਕਰ ਦਿੱਤਾ ਉਹ ਬੰਦੇ ਉਹੀ ਲਾਇਸੈਂਸ ਲੈਂਦੇ ਨੇ ਜਿਨ੍ਹਾਂ ਲੋਕਾਂ ਕੋਲੇ ਜਾਂ ਜਿੰਨਾਂ ਕਮਿਸ਼ਣਾਂ ਕੋਲੇ ਉਹਨਾਂ ਦਵਾਈਆਂ ਦੀ ਡਿਮਾਂਡ ਹੈ ਜਾਂ ਉਹਨਾਂ ਕੋਲੇ ਕੁਸ਼ਤੀ ਦੀ ਜ਼ਰੂਰਤ ਹੈ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਉਂਸਲ ਸੁਨਾਮ ਉਦਮ ਸਿੰਘ ਵਾਲਾ